ਖੇਤਾਂ ਵਿੱਚ ਹੈਲੀਕਾਪਟਰ ਉਤਰੇ ਦੀਆਂ ਇਹ ਤਸਵੀਰਾਂ ਰੂਪਨਗਰ ਦੇ ਪਿੰਡ ਬਨ ਮਾਜਰਾ ਦੀਆਂ ਨੇ, ਜਿੱਥੇ ਇੱਕ ਸੈਨਾ ਦਾ ਹੈਲੀਕਾਪਟਰ ਅਚਾਨਕ ਹੀ ਖੇਤਾਂ ਵਿੱਚ ਲੈਂਡ ਕਰ ਦਿੱਤਾ ਗਿਆ। ਹੈਲੀਕਾਪਟਰ ਖੇਤਾਂ ਵਿੱਚ ਉਤਰਨ ਤੋਂ ਬਾਅਦ ਲੋਕਾਂ ਦੀ ਭੀੜ ਆਉਣੀ ਸ਼ੁਰੂ ਹੋ ਗਈ। ਜੇਕਰ ਰੂਪਨਗਰ ਦੇ ASP ਦੀ ਮੰਨੀਏ ਤਾਂ ਇਹ ਸੈਨਾ ਦੀ ਇੱਕ ਟ੍ਰੇਨਿੰਗ ਦਾ ਪਾਰਟ ਹੈ ਅਤੇ ਸਿਖਾਇਆ ਜਾ ਰਿਹਾ ਸੀ ਕਿ ਕਿਵੇਂ ਐਮਰਜੈਂਸੀ ਲੈਂਡਿੰਗ ਕਰੀਦੀ ਹੈ। तो उस प्रोसीजर के दौरान इन्होंने यहाँ पे लैंड किया। सर ये कहाँ से कहाँ जा रहा था? ये बस ट्रेनिंग एक्सरसाइज का पार्ट ही कहीं जा नहीं रहा था और ये इनको ड्रिल करना था कि इमरजेंसी लैंडिंग कैसे होती है, और ये ड्रिल सक्सेसफुल है और अब मोस्ट प्रोबेबली ये 10-20 मिनट में फ्लाई कर जाएंगे। सर इसमें कौन कौन थे? इसमें टोटल 3 पायलट्स थे। कौन से रैंक के थे? ये स्पेसिफिक डिटेल्स अभी हमें नहीं पता है। इस हेलीकॉप्टर को ले जाने के लिए एक और हेलीकॉप्टर ਇੱਥੇ ਉਤਰਦਾ। ਖੈਰ, ਖਬਰ ਇਹੀ ਹੈ ਕਿ ਰੂਪਨਗਰ ਦੇ ਪਿੰਡ ਬਨ ਮਾਜਰਾ ਦੇ ਖੇਤਾਂ ਵਿੱਚ ਹੈਲੀਕਾਪਟਰ ਆਉਣ ਦੀ ਚਰਚਾ ਹੁਣ ਜ਼ੋਰਾਂ 'ਤੇ ਹੈ। ਰੂਪਨਗਰ ਤੋਂ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।